परम सत्कार्योक सत्संगत जी अपने अपने मन बिरती काकर कर लिए ते गाज के आख लिए ਧੰਨ ਸ਼੍ਰੀ ਸਤਗੁਰੂ ਚਕਜੀਤ ਸਿੰਘ ਜੀ ਧੰਨ ਸ਼੍ਰੀ ਸਤਗੁਰੂ ਉਦੇਸ਼ ਸਿੰਘ ਜੀ ਸਾਜੰਗਤ ਜੀ ਅੱਜ ਦੀ ਸਾਖੇ ਦਾ ਵਿਸ਼ਾ ਹੈ ਸਾਦਰ ਯਾਦ ਕਰੇ ਹੋਏ ਹਾਜ਼ਰ ਭਗਵਾਨ ਦਾ ਅਤੇ ਭਗਤ ਦਾ ਗੁਰੂ ਦਾ ਅਤੇ ਸਿੱਖ ਦਾ ਨਾਤਾ ਹੈ ਪ੍ਰੇਮਾ ਭਗਤੀ ਦਾ जो तो कोई भगती भावना सतगुरु नेद करता है सतगुरु हाजिर हूँ है श्री सतगुरु प्रताप सिंह जी सतगुरु बिलास की कथा करद्यारमाते हैं सादर याद करे हुई हाजर, जेड़ा सेहत आदर दे प्रेम सतगुरु ने याद करे सतगुरु उत्त हाज़र हों सतगुर राम सिंह सचे पाशाह रंगून संत ज्योण सिंह होर तरन तारण दे पास याद किया उस वक्त दर्श दर्शन दिता ਜੋ ਤੋ ਕੋਈ ਯਾਦ ਕਰੇ ਉਹ 800 ਕੋਤੇ ਭਾਈ ਰਾਏ ਸਿੰਘ ਜਿਹੜਾ ਹਜ਼ੂਰ ਸਾਹਿਬ ਨੂੰ ਭੇਜਿਆ ਹਜ਼ੂਰ ਨੇ ਚਿੰਨੀ ਦੀ ਕਰਕੇ ਸਵਾਰੀ ਆ ਕੇ ਉਸ ਨੂੰ ਦਿੱਤਾ ਦਰਸ਼ਨ ਅਨੇਕਾ ਕਥਨ ਹਨ ਸਤਿਗੁਰ ਸਾਹਿਬਾਨ ਦੀਆਂ ਉਦਾਸੀਆਂ ਦੌਰਾਨ ਗੁਰੂ ਨਾਨਕਸ ਦੇਵ ਸੱਚੇ ਪਾਤਸ਼ਾਹ ਸੈਂਕੜੇ ਕੌਹਾਂ ਤੇ ਭੈਣ ਨਾਨਕੀ ਸੁਲਤਾਨਪੁਰ ਪ੍ਰਸ਼ਾਦ ਦੇ ਪਕਾਰ ਰਹੀ ਸੀ ਪ੍ਰਸ਼ਾਦਾ ਫੁੱਲਿਆ ਯਾਦ ਆਈ ਨਾਨਕ ਵੀਰ ਦੀ ਇੱਕ ਵੇਦਨਾ ਬਣ ਗਈ ਵੀਰ ਇਹ ਪ੍ਰਸ਼ਾਦਾ ਤਾਂ ਤੇਰੇ ਚੱਕਣ ਵਾਲਾ ਹੈ ਉਸੇ ਵੇਲੇ ਆਹਜ਼ਰ ਹੋਏ ਦਰਵਾਜ਼ੇ ਤੇ دستਕ ਦਿੱਤੀ ਸਤ ਕਰਤਾਰ ਦੀ ਜਾਣੀ ਪਹਿਚਾਣ ਆਵਾਜ਼ ਆਈ ਭੈਣ ਨਾਨਕੀ ਦੀ ਨੇ ਭੱਜ ਕੇ ਦਰਵਾਜ਼ਾ ਖੋਲਿਆ ਦਰਸ਼ਨ ਦੇਖ ਸਭੇ ਦੁੱਖ ਵਿਸਰੇ ਬੇਦ ਕਹਿਤ ਜਿਵ ਨੇਤ ਇਸੇ ਤਰ੍ਹਾਂ ਦੀ ਇੱਕ ਕਥਾ ਹੈ ਨਾਮ ਤਾਰੀ ਫਾਰਮ ਬਿੜਦੀ ਬੈਂਗਲੌਰ ਵਿਖੇ ਸਤਗੁਰ ਚਕਜੀ ਜੀ ਸੇ ਦਰਸ਼ਨ ਦੇਣ ਦੀ ਬੈਂਗਲੌਰ ਤੋਂ ਮੈਸੂਰ ਰੋਡ ਤੇ ਬਿਰਦੀ ਤੋਂ ਇੱਕ ਲਿੰਕ ਰੋਡ ਤੇ ਪਿੰਡ ਉਰਗਲੀ ਰਿਖੇ ਨਾਮ ਦਾ ਇਹ ਫਾਰਮ ਇਹ ਫਾਰਮ ਸੇ ਸਤਗੁਰਜੀਗਜੀਤ ਸਿੰਘ ਜੀ ਨੇ ਸੰਨ 1975-76 ਈਸਵੀ ਵਿੱਚ ਰੱਖ ਦਿਆ। ਕਰੀਬ 9200 ਏਕੜ ਜ਼ਮੀਨ ਅਤੇ ਨਾਲ ਲੱਗਦੇ ਪਾਣੀ ਦੇ ਦੋ ਟੈਂਕ ਜਿਨ੍ਹਾਂ ਵਿੱਚ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਹ ਪਾਣੀ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਂਦਾ ਹੈ। ਪਤਰੀ ਲਈ ਜ਼ਮੀਨ ਬਰਸਾਤ ਦੇ ਰੈ ਮੁਕਰਮ ਤੇ ਥੋੜੀ ਬਾਲੀ ਫਸਲ ਹੋਣੀ ਪੰਜਾਬ ਤੋਂ ਕਰੀਬ 2000 ਕਿਲੋਮੀਟਰ ਦੱਖਣ ਵਿੱਚ ਉਹ ਸਮਾਸੀ ਜਦੋਂ ਇਸ ਫਾਰਮ ਦੀ ਬਹੁਤੀ ਜ਼ਮੀਨ ਅਜੇ ਬੇਆਬਾਦ ਸੀ ਆਰੰਭ ਦੇ 5-7 ਵਰੇ ਉੱਥੋਂ ਦੇ ਪ੍ਰਬੰਧ ਮਹਾਰਾਜ ਵੀਰ ਸਿੰਘ ਜੀ ਸੰਭਾਲਦੇ ਸਨ 8-10 ਸਰੀਰ ਪੱਕੇ ਸੇਵਾਦਾਰ ਰਹਿੰਦੇ ਬਾਕੀ ਸਿੱਖ ਸਤਗੁਰ ਸੱਚੇ ਪਾਸ਼ਾ ਜੀ ਦੇ ਹੁਕਮ ਅਨੁਸਾਰ ਸੇਵਾ ਲੋਕ 6 ਮਹੀਨੇ 7 ਜਾਂ 2 ਸਾਲ ਲਈ ਜਾਂਦੇ ਉੱਥੋਂ ਦੀ ਵੱਖਰੀ ਨਸਲ ਦੇ ਵੱਖਰੀ ਬੋਲੀ ਵਾਲੇ ਕੰਨੜ ਲੋਕ ਘਰ ਪਰਿਵਾਰ ਤੋਂ ਦੂਰ ਸਿੱਖਾਂ ਦਾ ਜੀ ਨਾਂ ਲਗਣਾ ਪਰ ਫਿਰ ਵੀ ਸਤਗੁਰ ਜਗਜੀਤ ਸਿੰਘ ਜੀ ਦੇ ਇੱਕ ਬਚਨ ਤੇ ਕਈ ਸਿੱਖ ਵਰਿਆਂ ਵਰਿਆਂ ਬਧੀ ਉੱਥੇ ਸੇਵਾ ਕਰਦੇ ਰਹੇ ਸਤਗੁਰ ਸੱਚੇ ਪਾਸ਼ਾ ਸਾਹਿਬ 1 2 ਵਾਸਾਲ ਵਿੱਚ ਇੱਕ ਦੋ ਵਾਰ ਜ਼ਰੂਰ ਹੀ ਫਾਰਮ ਦੇ ਦਰਸ਼ਨ ਦਿੰਦੇ ਕੁਝ ਦਿਨ ਇੱਥੇ ਰਹਿੰਦੇ ਸੇਵਾ ਕਰਦੇ ਸਿੱਖਾਂ ਨੂੰ ਬੜੀਆਂ ਖੁਸ਼ੀਆਂ ਬਖਸ਼ਦੇ ਪਿਆਰ ਦੇ ਦులਾਰ ਦੇ ਹਾਸ ਵਿਲਾਸ ਕਰਦੇ ਸਿੱਖਾਂ ਨੂੰ ਆਪ ਲੰਗਰ ਵਰਤੋਂਦੇ ਆਸਾ ਦੀ ਵਾਰ ਕਥਾ ਨਾਮ ਸਿਮਰਨ ਅਤੇ ਕੀਰਤਨ ਦਾ ਪ੍ਰਵਾਹ ਚੱਲਦਾ ਸੱਚੇ ਪਾਤਸ਼ਾਹ ਜੀ ਕਈ ਵੇਰ ਬਚਨ ਕਰਦੇ ਇੱਥੇ ਦੁੱਧ ਦੀ ਵੀ ਕਮੀ ਹੈ ਸੁਖ ਸੋਲਤਾ ਵੀ ਨਹੀਂ ਧੰਨ ਹਨ ਸਿੱਖ ਜਿਹੜੇ ਫੇਰ ਵੀ ਇੱਥੇ ਆ ਕੇ ਸੇਵਾ ਕਰਦੇ ਹਨ ਜਿੰਨੇ ਦਿਨ ਗਰੀਬ ਨਿਵਾਜ ਫਾਰਮ ਤੇ ਦਰਸ਼ਨ ਦਿੰਦੇ ਉਹਨੇ ਦਿਨਾਂ ਲਈ ਤਾਂ ਇਹਨਾਂ ਸੇਵਾਦਾਰਾਂ ਲਈ ਸਵਰਗ ਬਣ ਜਾਂਦਾ ਫਿਰ ਉਹ ਚਾਰ ਦਿਨ ਦੀ ਚਾਨਣੀ ਫਿਰ ਹਨੇਰੀ ਰਾਤ ਇੱਥੇ ਫਾਰਮ ਤੇ ਇੱਕ 65-70 ਸਾਲ ਦਾ ਸਿੱਖ ਸੀ ਦਿਆਲ ਸਿੰਘ ਨਿਹੰਗ ਨਿਹੰਗ ਇਸ ਕਰਕੇ ਕੀ ਉਹ ਨਿਹੰਗਾਂ ਵਿੱਚੋਂ ਨਾਮਤਾਰੀ ਬਣਿਆ ਸੀ ਦਿਆਲ ਸਿੰਘ ਜੀ ਪੀ ਤਿੰਨ ਪਰਾਸਨ ਕੁੰਦਨ ਸਿੰਘ ਸ਼ੰਗਾਰਾ ਸਿੰਘ ਅਤੇ ਦਿਆਲ ਸਿੰਘ ਪੀਤਾ ਸੋਨ ਸਿੰਘ ਪਿੰਡ ਮਾਲੂਵਾਲ ਤਰਨਤਾਰਨ ਸਾਲ 1970 ਦੇ ਨੇੜੇ ਕੁੰਦਨ ਸਿੰਘ ਅਤੇ ਧਿਆਲ ਸਿੰਘ ਇਲਾਕਾ ਜੀਵਨ ਨਗਰ ਪਿੰਡ ਸੰਤ ਨਗਰ ਆਵਸੇ ਇੱਥੇ ਸੰਤ ਆਲਾ ਸਿੰਘ ਹੋਰਾਂ ਦੇ ਡੇਰੇ ਬੇਹੰਗਮ ਸਾਧੂਆਂ ਦੀ ਮੰਡਲੀ ਹੋਇਆ ਕਰਦੀ ਸੀ ਸੰਤ ਹਰਬੰਸ ਸਿੰਘ ਠਾਕੁਰ ਕਰਮ ਸਿੰਘ ਜੀ ਸੰਤ ਚਤਰ ਸਿੰਘ ਚੂ ਆਦੀ ਨਾਮ ਬਾਣੀ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਇਨਾ ਸਾਧੂਆਂ ਦੀ ਸੰਗਤ ਕਰਦੇ ਆ ਦਿਆਲ ਸਿੰਘ ਅਤੇ ਕੁੰਦਨ ਸਿੰਘ ਨਾਮ ਦੀ ਦਾਤ ਲੈ ਕੇ ਅੰਮ੍ਰਿਤਸਰ ਕੇ ਨਾਮ ਤਰੀ ਸਿੱਖ ਸਾਜੀ ਗਏ ਸਤ ਦਿਆਲ ਸਿੰਘ ਹੋਰਾਂ ਨੇ ਸੋਧ ਰੱਖ ਲਈ ਸੰਤਾਂ ਦੇ ਡੇਰੇ ਸ਼ਹੀਦੀਆਂ ਸਰਦਾਈ ਰਗਣ ਦੀ ਸੇਵਾ ਕਰਨੀ ਨਾਮ ਦਾ ਰੰਗ ਚੜਦਾ ਰਿਹਾ ਸਤ ਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਿਦੇ ਚਰਨਾਂ ਨਾਲ ਪ੍ਰੀਤ ਪ੍ਰਤੀਤ ਗੁੜੀ ਹੁੰਦੀ ਗਈ 1970 ਤੋਂ ਬਾਅਦ ਸੀ ਸਤਗੁਰੂ ਜੀ ਨੇ ਦਿਆਲ ਸਿੰਘ ਨੂੰ ਹੁਕਮ ਕੀਤਾ ਬੈਂਗਲੌਰ ਫਾਰਮ ਦੇ ਸੇਵਾਦਾਰਾਂ ਦੀ ਲੋੜ ਹੈ ਤੁਸੀਂ ਲੰਗਰ ਦੀ ਸੇਵਾ ਵਾਸਤੇ ਉੱਥੇ ਚਲੋ ਗਰੀਬ ਨਿਵਾਜ ਆਪ ਜੀ ਦਾ ਹੁਕਮ ਸਿਰ ਮੱਥੇ ਪਰਵਾਨ ਹੈ ਪਰ ਮੇਰਾ ਇੱਕ ਲੜਕਾ ਅੱਖਾਂ ਤੋਂ ਮੁਨਾਖਾ ਹੈ ਉਹ ਜ਼ੇ ਬੱਚੇ ਹਨ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਚੱਲਦਾ ਹੈ ਨਿਹੰਗ ਜੀ ਨੇ ਨਿਮਰਤਾ ਸਹਿਤ ਮਜਬੂਰੀ ਅਰਜ਼ ਕੀਤੀ ਤੁਸੀਂ ਸੇਵਾ ਕਰੋ ਪਰਿਵਾਰ ਦਾ ਫਿਕਰ ਮੇਰੇ ਤੇ ਰਹਿਣ ਦਿਓ ਸ਼੍ਰੀ ਸਤਗੁਰੂ ਜੀ ਨੇ ਅਵੇਦਾਨ ਦਿੱਤਾ ਸੱਚੇ ਪਾਤਸ਼ਾਹ ਜੀ ਜਿਸ ਦੀ ਚਿੰਤਾ ਆਪ ਜੀ ਕਰੋ ਉਸ ਨੂੰ ਕਾਦਾ ਫਿਕਰ ਸਤਬਚਨ ਕੈ ਦਿয়াল ਸਿੰਘ ਬੰਗਲੌਰ ਨਾਮ ਤarifaram ਤੇ ਚਲੇ ਗਏ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਪੁੱਤਰ ਪੋਤਰਿਆਂ ਨੂੰ ਮਸਤਾਨਗੜ 4 ਏਕੜ ਜ਼ਮੀਨ ਦੀ ਵੀ ਬਖਸ਼ੀ ਅਤੇ ਇਸ ਤੋਂ ਇਸ ਤੋਂ ਬਿਨਾ ਲੋੜ ਪੈਣ ਤੇ ਖਰਚੇ ਪਾਣ ਦੀ ਕਿਰਪਾ ਕਰਦੇ ਰਹਿੰਦੇ ਆਪ ਦਾ ਇੱਕ ਪੁੱਤਰ ਸਰਦੂਲ ਸਿੰਘ ਤਾਂ ਜਵਾਨੀ ਵਿੱਚ ਹੀ ਚੱਲ ਵਸਿਆ ਦੂਸਰਾ ਮੁਖਤਿਆਰ ਸਿੰਘ ਜੋ ਅੱਖਾਂ ਤੋਂ ਮੁਨਕਾ ਸੀ ਕੁਝ ਬਰੇ ਪਹਿਲੋਂ ਉਹ ਵੀ ਪੂਰਾ ਹੋ ਗਿਆ ਮੁਖਤਿਆਰ ਸਿੰਘ ਦੇ ਤਿੰਨ ਪੁੱਤਰ ਭਜਨ ਸਿੰਘ ਭਗਵਾਨ ਸਿੰਘ ਅਤੇ ਇੱਕ ਹੋਰ ਸਨ ਉਹ ਜੋ ਸਤਗੁਰੂ ਜਗਜੀਤ ਸਿੰਘ ਜੀ ਦੀ ਬਖਸ਼ੀ ਜ਼ਮੀਨ ਵਾਉਂਦੇ ਅਤੇ ਹੋਰ ਵੀ ਕਾਰ ਵਿਹਾਰ ਕਰਦੇ ਹਨ ਵਧੀਆ ਗੁਜ਼ਾਰਾ ਚੱਲਦਾ ਹੈ ਸਨ 1984 ਨਵੰਬਰ ਦਸੰਬਰ ਵਿੱਚ ਸਤਗੁਰੂ ਜੀ ਇਲਾਕਾ ਜੀ ਵਨਗਰ ਦੇ 50-60 ਸਿੱਖਾਂ ਸੇਵਕਾਂ ਸਹਿਤ ਬੰਗਲੌਰ ਫਾਰਮ ਤੇ ਦਰਸ਼ਨ ਦਿੱਤੇ ਝਾੜੀਆਂ ਬੋਟੇ ਪੁੱਟ ਕੇ ਸਾਗ ਬਾਗ ਲਗਾਏ ਇਸੇ ਦੌਰੇ ਦੌਰਾਨ ਇਹ ਇੱਥੇ ਅਖੰਡ ਵਰਨੀ ਸ਼ੁਰੂ ਕੀਤੀ ਗਈ ਸ਼੍ਰੀ ਸਤਗੁਰੂ ਜੀ ਵਾਪਸ ਆਉਣ ਸਮੇਂ ਮੈਨੂੰ ਹਰਪਾਲ ਸਿੰਘ ਸੇਵਕ ਅਤੇ ਮੋਹਨ ਸਿੰਘ ਨੂੰ ਵਰਨੀ ਵਾਸਤੇ ਫਾਰਮ ਤੇ ਹੀ ਛਾਡਾਂ ਕਿ ਹੋਰ ਸਿੰਘ ਭੇਜਾਂਗੇ ਫਿਰ ਤੁਸੀਂ ਪੈਣੀ ਸਹਿਬ ਆ ਜਾਇਓ ਇਨਾਂ ਦਿਨਾਂ ਵਿੱਚ ਸੰਧਿਆਲ ਸਿੰਘ ਨਿਹੰਗ ਵੀ ਇੱਥੇ ਸਨ ਲੰਗਰ ਸੇਵਾ ਵਿੱਚ ਅਤੇ ਵਰਨੇ ਵਿੱਚ ਵੀ ਰੋਲ ਲਗਾਉਂਦੇ। ਦਿਆਲ ਸਿੰਘ ਜੀ ਅਸਲੀ ਨਿਹੰਗ ਸਨ, ਬਿਲਕੁਲ ਵਿਰक्त ਸਾਧੂ। ਪ੍ਰਸ਼ਾਦ ਦੇ ਪਕਾਉਣੇ, ਦਾਲਾਂ ਬਣਾਉਣਾ ਅਤੇ ਸ਼ਹੀਦੀ ਦੇਗ ਘਰਗੜਨੀ, ਸ਼ਰਧਾਈ ਤਿਆਰ ਕਰਕੇ ਅਰਦਾਸ ਕਰਕੇ ਸੰਗਤ ਨੂੰ ਵਰਤਾਣੀ। ਸੰਗਤ ਨੂੰ ਵਰਤਾ ਕੇ ਵੱੱਤ ਕੇ ਹੀ ਤੇ ਅੱਧੀ ਪੌਣੀ ਬਾਲਟੀ ਸਾਰੀ ਛੱਕ ਲੈਣੀ। ਨਾ ਬਚੀ ਤਾਂ ਰਜ਼ਾ ਵਿੱਚ ਰਾਜ਼ੀ। ਪੜੇ ਹੋਏ ਨਹੀਂ ਸਨ। ਪਰ ਕੁਝ ਨੇਤ ਨੇਮ ਦੀਆਂ ਬਾਣੀਆਂ ਸੁਣ ਸੁਣ ਕੇ ਹੀ ਕੰਡ ਕੀਤੀਆਂ ਹੋਈਆਂ ਸਨ ਪਾਠ ਕਰਦੇਆਂ ਲਗਭਗ ਮਾਤਰ ਦੇ ਉਚਾਰਨ ਵਿੱਚ ਭਾਵੇਂ ਵਾਧਾ ਘਾਟਾ ਹੋ ਸਕਦਾ ਸੀ ਪਰ ਪਾਠ ਕਰਦੇ ਬੜੇ ਸਹਿਜ ਅਤੇ ਪ੍ਰੇਮ ਨਾਲ ਸਨ ਇੱਕ ਦਿਨ ਨਿਹੰਗ ਸਿੰਘ ਨੇ ਸਤਗੁਰੂ ਜਗਜੀਤ ਸਿੰਘ ਨੂੰ ਜੀ ਆਇਆਂ ਨਾ ਅਤੇ ਪ੍ਰਤਖ ਦਰਸ਼ਨ ਦੇਣ ਦੀ ਵਾਰਤਾ ਸੁਣਾਈ ਦਿਨ 4 ਸਾਲ ਹੋ ਗਏ ਹਨ ਭਾਵੇਂ 1980 81 ਈ ਸੇ ਸਤਗੁਰੂ ਜਗਜੀਤ ਸਿੰਘ ਸੱਚੇ ਪਾਸ਼ਾ ਜੀ ਇੱਥੇ ਫਾਰਮ ਤੇ ਦਰਸ਼ਨ ਦਿੱਤੇ ਹਫਤਾ ਭਰ ਰਹੇ بڑا ਮੇਲਾ ਬਣਿਆ ਵਾਪਸ ਜਾਣ ਲੱਗੇ ਤਾਂ ਮੈਂ ਅਰਜ਼ ਕੀਤੀ ਗਰੀਬ ਨਿਵਾਜ ਆਪ ਜੀ ਹੁਣ ਵੀ ਕਿੰਨੀ ਦੇਰ ਬਾਅਦ ਦਰਸ਼ਨ ਦਿੱਤੇ ਹਨ ਕਈ ਵੇਰ 6-6 ਮਹੀਨੇ ਆਪ ਦਰਸ਼ਨ ਨਹੀਂ ਦਿੰਦੇ ਸਾਡਾ ਇੱਥੇ ਜੀ ਨਹੀਂ ਲੱਗਦਾ ਇੱਥੇ ਪ੍ਰਦੇਸ਼ ਵਿੱਚ ਆਪ ਜੀ ਦੇ ਤੋਂ ਬਿਨਾ ਸਾਡਾ ਹੋਰ ਕੋਈ ਆਸਰਾ ਨਹੀਂ ਆਪ ਜੀ ਛੇਤੀ ਛੇਤੀ ਦਰਸ਼ਨ ਦਿਆ ਕਰੋ ਗਰੀਬ ਨਿਵਾਜ ਜੀ ਨੇ ਮੇਰੀ ਕੰਡ ਫਲੋਸੀ ਬੜੇ ਪਿਆਰ ਨਾਲ ਬਚਨ ਕੀਤਾ ਨਿਹੰਗ ਸਿੰਘ ਜੀ ਛੇਤੀ ਛੇਤੀ ਆ ਜਾਇਆ ਕਰਾਂਗੇ ਕਈ ਚਿਰ ਤਾਂ ਗਰੀਬ ਨਿਵਾਜ ਜੀ ਦੇ ਬਖਸ਼ੇ ਪਿਆਰ ਅਤੇ ਛੇਤੀ ਦਰਸ਼ਨ ਦੇ ਇਹਦੇ ਕਿਤੇਕਰਾਰ ਕਰਕੇ ਮਨ ਖਿੜਿਆ ਰਿਹਾ ਦੋ ਕੁ ਮਹੀਨੇ ਲੰਘ ਗਏ ਤਾਂ ਮਨ ਉਦਾਸ ਹੋਣਾ ਸ਼ੁਰੂ ਹੋ ਗਿਆ ਤੁਰਦੇ ਆ ਫਿਰਦੇ ਆ ਸੇਵਾ ਕਰਦੇ ਆ ਇੱਕੋ ਖਿਆਲ ਕੀ ਗਰੀਬ ਨਿਵਾਜ ਕਦੋਂ ਦਰਸ਼ਨ ਦੇਣਗੇ ਬਚਨ ਤਾਂ ਕੀਤਾ ਛੇਤੀ ਆਵਾਂਗੇ ਫਿਰ ਖਿਆਲ ਆਉਣਾ ਕਿ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੇਸ਼ਾਂ ਨੂੰ ਸੰਗਤ ਨੂੰ ਨਿਵਾਜਣਾ ਹੁੰਦਾ ਹੈ ਕੋਈ ਅਸੀਂ ਇਕੱਲੇ ਸਿੱਖਤਾ ਨਹੀਂ ਜੋ ਫ਼ਾਰਮਤੇ ਰਹਿੰਦੇ ਹਾਂ ਫਿਰ ਕਿਸੇ ਵੇਲੇ ਸੋਚਣਾ ਸੱਚੇ ਪਾਤਸ਼ਾਹ ਜੀ ਤਾਂ ਘਟ ਘਟ ਵਾਸੀ ਹਨ ਸਰਵ ਨਿਵਾ ਸਰਵ ਵਿਆਪੀ ਹਨ ਸੈਂਕੜੇ ਮੇਲਾ ਤੋਂ ਆ ਕੇ ਭੈਣ ਨਾਨਕੀ ਨੂੰ ਦਰਸ਼ਨ ਦੇ ਸਕਦੇ ਹਨ ਤੇ ਸਾਡੇ ਤੇ ਕਿਉਂ ਨਹੀਂ ਕਿਰਪਾ ਕਰਦੇ ਫਿਰ ਆਪਣੇ ਮਨ ਨੇ ਹੀ ਜਵਾਬ ਦਿੱਤਾ ਉਨਾ ਵਰਗੀ ਦਰਸ਼ਨ ਦੀ ਖਿੱਚ ਹੋਵੇ ਤਾਂ ਦਰਸ਼ਨ ਹੋ ਵੀ ਜਾਣ ਕਿਤੇ ਤਾਂ ਕਸਰ ਹੈ ਕੋਈ ਮੇਰੀ ਵੀ वेदना ਅੰਦਰ ਤੁਸਾ ਤੱਕ ਪਹੁੰਚ ਗਈ ਹੁੰਦੀ ਤੁਸਾ ਛੱਟ ਪਹੁੰਚ ਜਾਣਾ ਸੀ ਇਸ ਤਰ੍ਹਾਂ ਦੀ ਵਿਚਾਰ ਕਰਦਿਆਂ ਮੈਂ ਰੋਲ ਤੇ ਬੈਠ ਗਿਆ ਉਸੇ ਵੇਲੇ ਅਖੰਡ ਵਰਨੀ ਤਾਂ ਅਜੇ ਨਹੀਂ ਸੀ ਆਰੰਭ ਹੋਈ ਸੀ ਸਤਿਗੁਰੂ ਜੀ ਦਾ ਮੈਨੂੰ ਹੁਕਮ ਸੀ ਕਿ ਵਰਨੀ ਦੀ ਮਨਿਆ ਅਨੁਸਾਰ ਹੀ ਤੂਪ ਦੀਪ ਕੁੰਭ સહિત 2 ਘੰਟੇ ਰੋਜ਼ਾਨਾ ਨਾਮ ਸਿਮਰਨ ਕਰਿਆ ਕਰੋ ਫਾਰਮ ਦੇ ਲੰਗਰ ਦੇ ਨਾਲ ਦੇ ਕਮਰੇ ਵਿੱਚ ਜਿੱਥੇ ਮੈਂ ਰੋਜ਼ਾਨਾ 2 ਘੰਟੇ ਸਿਮਰਨ ਕਰਦਾ ਸਾਂ ਅਜੇ ਅੱਧਾ ਕੋ ਘੰਟਾ ਹੀ ਹੋਇਆ ਸੀ ਬੈਠੇ ਨੂੰ ਮੈਂ ਕੀ ਵੇਖਦਾ ਹਾਂ ਸਤਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਹੱਥ ਵਿੱਚ ਮਾਲਾ ਫੜੀ ਬੜੇ ਮਸਚਾਲ ਆ ਰਹੇ ਹਨ ਜਾਲੀ ਵਾਲਾ ਦਰਵਾਜ਼ਾ ਖੋਲ ਕੇ ਅੰਦਰ ਆ ਗਏ ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਾ ਰਿਹਾ ਕੋਟ ਅਨੰਦ ਰਾ ਸੁਖਪਾਏ ਇੱਕ ਨਿਮਕ ਪੇਖ ਦ੍ਰਿਸ਼ਟਾਨਾ ਸੋਸ ਜੋ ਸੁਖਦਰਸ਼ਨ ਪੇਖ ਤੇ ਪਿਆਰੇ ਮੁਖ ਤੇ ਕਹਿਣ ਨਾ ਜਾਈ ਮੈਂ ਛੇਤੀ ਨਾਲ ਖੜਾ ਹੋਇਆ ਜੈਕਾਰਾ ਛੱਡਣ ਲੱਗਾ ਤਾਂ ਗਰੀਬ ਨਿਵਾਜ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਮੈਂ ਨਮਸਕਾਰ ਕੀਤੀ ਸੇ ਸਤਿਗੁਰੂ ਜੀ ਮੁਸਕੁਰਾਏ ਕੋਈ ਬਚਨ ਨਹੀਂ ਕੀਤਾ ਤੇ ਮੈਨੂੰ ਬੈਠ ਕੇ ਸਿਮਰਨ ਕਰਨ ਦਾ ਇਸ਼ਾਰਾ ਕਰਕੇ ਵਾਪਸ ਚਲੇ ਗਏ ਮੈਂ ਹੌਲ ਤੇ ਬੈਠਾ ਦਰਵਾਜੇ ਤੋਂ ਦੂਰ ਤੱਕ ਵੇਖਦਾ ਰਿਹਾ ਸ਼੍ਰੀ ਸਤਗੁਰੂ ਜੀ ਇਕੱਲੇ ਹੀ ਵੇੜੇ ਚੋਂ ਬਾਹਰ ਨੂੰ ਜਾ ਰਹੇ ਸਨ ਕੋਈ ਸੇਵਕ ਵੀ ਨਾਲ ਨਹੀਂ ਮੈਂ ਸੋਚਿਆ ਕਿ ਸੱਚੇ ਪਾਤਸ਼ਾਹ ਜੀ ਸਿੱਧੇ ਫਾਰਮ ਤੇ ਹੀ ਆਏ ਹੋਣੇ ਹਨ ਸੇਵਕ ਬਾਹਰ ਗੱਡੀਆਂ ਪਾਸ ਹੋਣੇ ਹਨ ਹੁਣ ਕੋਠੀ ਗਏ ਹੋਣਗੇ ਮੇਰੀ ਅਵਸਥਾ ਸਵਾਤੀ ਬੂੰਦ ਪ੍ਰਾਪਤ ਹੋਣ ਤੇ ਤ੍ਰਿਪਤ ਹੋਏ ਪਪੀਹੇ ਵਰਗੀ ਸੀ ਜਾਂ ਜਿਉਂ ਵਰਿਆਂ ਦੀਆਂ ਔਕੜਾਂ ਅੰਦਰ ਮੇਕ ਮਿਹਰ ਵਸ ਜਾਏ ਅਤੇ ਜਿਉ ਤਰਤੀ ਸੋਪ ਕਰੇ ਜਲ ਵਰਸੇ ਤਿਉ ਸੁਖ ਹਰ ਵਿਗਸਾਏ ਮੈਂ ਇਸ ਤਰ੍ਹਾਂ ਦੀ ਖੁਸ਼ੀ ਇਸ ਤਰ੍ਹਾਂ ਦੇ ਆਤਮਿਕ ਸੁਖ ਦਾ ਅਨੁਭਵ ਕਰ ਰਿਹਾ ਸਾਂ ਜਿਸ ਤਰ੍ਹਾਂ ਦਾ ਸੁਖ ਇਸ ਤੋਂ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਸੀ ਹੋਇਆ 2 ਘੰਟੇ ਰੋਲ ਦੇ ਪੂਰੇ ਹੋਣ ਤੇ ਅਰਦਾਸ ਕਰਕੇ ਮੈਂ ਕਾਲੀ ਕਦਮੀ ਫਾਰਮ ਤੋਂ ਸਤਗੁਰੂ ਜੀ ਦੇ ਨਿਵਾਸ ਸਥਾਨ ਕੋਠੀ ਵੱਲ ਗਿਆ ਕਿ ਹੁਣ ਸਤਗੁਰੂ ਜੀ ਕੋਠੀ ਹੋਣਗੇ ਪਰ ਉੱਥੇ ਤਾਂ ਨਾ ਕੋਈ ਗੱਡੀ ਨਾ ਸੇਵਕ ਨਾ ਸਤਿਗੁਰੂ ਜੀ ਦੀ ਆਮਦ ਤੇ ਹੋਣ ਵਾਲੀ ਘਰੌਣਕ ਸੀ ਮੈਂ ਪਹਿਲਾ ਸੰਤ ਬਲਵਿੰਦਰ ਸਿੰਘ ਜੀ ਨੂੰ ਫਿਰ ਸੰਤ ਬਲਵੰਤ ਸਿੰਘ ਜੀ ਨੂੰ ਪੁੱਛਿਆ ਕਿ ਸਤਿਗੁਰੂ ਜੀ ਕਿੱਥੇ ਹਨ ਉਹ ਆਖਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਪੈਣੀ ਸਾਹਿਬ ਹਨ ਮੈਂ ਕਿਹਾ ਹੁਣੇ ਡੇਢ ਘੰਟਾ ਪਹਿਲਾਂ ਫਾਰਮ ਤੇ ਦਰਸ਼ਨ ਦੇ ਕੇ ਆਏ ਹਨ ਉਹਨਾਂ ਕਿਹਾ ਨਿਹੰਗ ਸਿੰਘ ਜੀ ਤੁਹਾਨੂੰ ਭੁਲੇਖਾ ਲੱਗਾ ਹੈ ਸੱਚੇ ਪਾਸ਼ਾ ਨਾ ਆਏ ਹਨ ਅਤੇ ਨਾ ਹੀ ਅੱਜ ਕੋਈ ਆਉਣ ਦਾ ਪ੍ਰੋਗਰਾਮ ਹੈ ਮੈਂ ਪਰ ਮੈਂ ਦਰਸ਼ਨ ਕਿਤੇ ਸਨ ਸੋਚਾ ਕਿ ਮੈਂ ਇੱਕ ਹੀ ਮੇ ਹੋ ਗਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਏ ਅਤੇ ਫਾਰਮ ਤੋਂ ਹੀ ਵਾਪਸ ਚਲੇ ਗਏ ਫਿਰ ਮੈਂ ਵਾਪਸ ਫਾਰਮ ਵਾਲ ਆਉਂਦਿਆ ਜਿਹੜਾ ਮਿਲੇ ਉਸੇ ਨੂੰ ਪੁੱਛਾਂ ਸੱਚੇ ਪਾਤਸ਼ਾਹ ਜੀ ਆਏ ਸਨ ਤੁਸਾਂ ਦਰਸ਼ਨ ਕੀਤੇ ਹਨ ਸਭ ਦਾ ਇੱਕੋ ਜਵਾਬ ਕਿ ਪਾਤਸ਼ਾਹ ਜੀ ਤੇ ਪੰਜਾਬ ਹਨ ਅਖੀਰ ਮੈਨੂੰ ਅਹਿਸਾਸ ਹੋਇਆ ਕਿ ਗਰੀਬ ਨਿਵਾਜ ਆਪ ਕਿਰਪਾ ਕੀਤੀ ਹੈ ਆਪਣਾ ਛੇਤੀ ਦਰਸ਼ਨ ਦੇਣ ਦਾ ਵਚਨ ਪੂਰਾਉਣ ਲਈ ਮੈਨੂੰ ਦਰਸ਼ਨ ਦੇ ਕੇ ਕਿਰਤਾਰਤ ਕੀਤਾ ਹੈ ਬੜਾ ਪੁਰਾਤਨ ਫਲਸਫਾ ਹੈ ਇਸ਼ਕ ਦੇ ਇਸ ਆਲਮ ਦਾ ਪ੍ਰੀਤ ਜਦ ਯਾਦ ਕਰਦੀ ਹੈ ਪ੍ਰੀਤਮ ਪਹੁੰਚ ਜਾਂਦਾ ਹੈ ਧੰਨ ಶ್ರೀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਾਸਤਰੀਆਕਾਰ